ਇੱਧਰ ਸਾਹਮਣੇ ਨਾਲ ਖੜਾ ਮੁੰਡਾ, ਹੁਣ ਚੱਲ ਰਿਹਾ ਦੂਜਾ ਕਲਾਸ, ਹੁਣ ਪਤਾ ਨੀ 6 ਵਜੇ ਪਤਾ ਨੀ 7 ਵਜੇ 6:30 ਤਾਂ ਹੋਊਗੀ, 7 ਵਜੇ ਇੱਧਰ ਨੂੰ ਆਹ ਦੇਖੋ, ਸਵੇਰੇ ਸਵੇਰੇ ਉੱਠ ਕੇ ਹੱਥਾਂ 'ਚ ਬੋਤਲਾਂ ਫੜੀਆਂ ਨੇਗੀਆਂ ਅਤੇ ਤੁਹਾਨੂੰ ਕਮਰਾ ਦਿਖਾਉਣਾ ਇਹਨਾਂ ਦਾ ਜਾ ਕੇ ਇੱਕ ਓਏ ਉੱਠਦੇ ਨੀ ਗਿਆ ਤੁਸੀਂ ਹੋਰ ਉਹ ਜੱਗੇ ਵਾਹ ਗਰਮ ਪਾਣੀ ਲੈਣ ਲਈ ਮੈਸ ਵਿੱਚੋਂ, ਫਿਰ ਚੱਲਦੇ ਜਦੋਂ ਯੋਗਾ ਕਲਾਸ ਦੇ ਵਿੱਚ ਚੱਲਦੇ ਅੱਗੇ ਜਿਮ ਚੱਲਦੇ ਆ। ਵੈਸੇ ਇੱਕ ਕੰਮ ਤਾਂ ਘੈਂਟ ਆ ਨਾ, ਹੋਸਟਲਾਂ 'ਚ ਵੀ ਖਾਣਾ ਵੀ ਵਧੀਆ ਬਣਦਾ ਵਾ, ਨਹੀਂ ਪਹਿਲੇ ਦਿਨ ਤਾਂ ਲੱਗਿਆ ਸੀਗਾ, ਮੁੜ ਕੇ ਆਦਤ ਹੀ ਪੈ ਜਾਂਦੀ ਹੈ ਨਾ ਜਦੋਂ ਵਧੀਆ ਸੈੱਟ ਆ ਕੰਮ। ਪਨੀਰ ਮਟਰ ਪਨੀਰ ਬਣਦਾ ਰਹੂਗਾ, ਕੁਛ ਨਾ ਕੁਛ ਬਣਦਾ ਹੀ ਰਹਿੰਦਾ। ਹੁਣ ਚੱਲੀਏ ਜਿਮ ਅਤੇ ਲਾਉਂਦੇ ਹਾਂ ਥੋੜ੍ਹੀ ਬਹੁਤ, ਫਿਰ ਦੇਖ ਲਾਂਗੇ ਕੀ ਬਣਦਾ।
ਆਹੋ ਅਸੀਂ ਤਾਂ ਉੱਧਰੋਂ ਹੀ ਆਏ ਹੁਣੀ ਨਹੀਂ ਖੇਡਣ ਗਏ ਸੀ ਉੱਥੇ ਗੋਲ ਡੋਲਿਆਂ ਨਾਲ ਮਿੱਤਰੋ ਸਵੇਰੇ ਸਵੇਰੇ 8:30 ਵਜੇ ਦਾ ਬ੍ਰੇਕਫਾਸਟ ਕਰੋ ਚੈੱਕ। ਲੈ ਮਿੱਤਰਾ ਹੁਣ ਹੋ ਗਏ ਆਪਾਂ ਰੈਡੀ ਕੈਂਪ ਦੇ ਆਊਟਫਿਟ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆ ਮੁੰਡਾ ਰੈਡੀ ਹੋ ਰਿਹਾ ਵਾ ਕਹਿੰਦੇ ਕਾਹਨੂੰ ਗੱਲਾਂ ਹੋਈਆਂ ਪਈਆਂ ਨੇ ਤੇ ਅੱਗੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਵੀ ਕੀ ਬਣਦਾ ਮਾਹੌਲ ਚਾਲ ਦੂਜੇ ਦਿਨ ਦਾ ਕੈਂਪ ਦਾ ਪਹਿਲਾਂ ਤੁਸੀਂ ਦੇਖਣਾ ਬੈਡ ਉੱਥੇ ਪਏ ਸੀ ਉਹ ਉੱਥੇ ਪਿਆ ਸੀ ਫਿਰ ਰਾਤ ਨੂੰ ਸਾਨੂੰ ਇਹ ਤੇ ਉਰੇ ਦੇਖੋ ਵਧੀਆ ਲੱਗਦੇ ਆ ਤਾਂ ਘੈਂਟ ਲਾ ਦਿੰਦੇ ਤੇ ਰਾਤ ਵਧੀਆ ਨਿੱਘੀ ਆ ਆਹ ਪੜਦਾ ਦੇਖੋ ਕਿਵੇਂ ਸੈਟਮੈਂਟ ਉੱਧਰੋਂ ਦੇਖੀ ਜਾਂਦੇ ਲੋਕ ਪੜਦਾ ਸੀ ਐਂ ਜਗਾੜ ਜਿਹਾ ਕਰਕੇ ਲਾਤਾ ਤੇ ਚਲੋ ਚੱਲੀਏ ਬਾਹਰ ਤੇ ਫਿਰ ਇਹ ਬਾਅਦ ਚੋਂ ਮੇਰੀ ਦਿਖਾਊਗਾ ਆ ਜਾ ਪ੍ਰਧਾਨ ਤੇ ਅਸੀਂ ਫਿਲਹਾਲ ਤਾਂ ਵਿਹਲੇ ਬੈਠੇ ਹਾਂ ਅਤੇ ਦੇਖਦੇ ਹਾਂ ਕੀ ਬਣਦਾ ਹੈ ਨਾ ਖਬਰਾਂ ਕੀ ਪਤਾ ਸਾਨੂੰ 28 ਨੂੰ ਲਾਸਟ ਕੱਪ ਵਾਲੇ ਦਿਨ ਲੈ ਕੇ ਜਾਣ ਉੱਥੇ ਆਪਾਂ ਸੇਵਾ ਕਰਾਉਂਗੇ ਹਾਂ ਉੱਥੇ ਕੱਪ ਲੱਗਣਾ ਆਪਣਾ ਖਿਆਲ ਚਲੋ ਮਿਲਦੇ ਅੱਗੇ ਆ ਕੇ ਲੁਧਿਆਣੇ ਬੈਠੇ ਹਾਂ ਬਾਕੀ ਇੱਧਰ ਥੋੜ੍ਹੇ ਹੋਰ ਭਰਾ ਬੈਠੇ ਨੇ ਅਤੇ ਉਹ 7 ਡੇ ਵਾਲਾ ਕੈਂਪ ਵਾਲਾ ਇੱਦਾਂ ਹੀ 7 ਦਿਨ ਚੱਲੂਗਾ ਮੈਂ ਲੱਗਦਾ ਪਾਠ ਪਾਊਂਗਾ ਮੈਂ ਇਹ ਲਾਗ 1 ਦਿਨ 2 ਦਿਨ 3 ਦਿਨ 4 ਦਿਨ 5 ਦਿਨ 3 ਦਿਨ 7 ਦਿਨ ਐਡਵਾਂ ਲੱਗਣੀਆਂ ਪੂਰੀਆਂ ਹੱਸੀ ਜਾਂਦਾ ਵੀ ਉਹ ਬਾਈ ਦੇਖਦੇ ਉਹ ਤਾਂ ਬਾਹਰ ਬੈਠੇ ਹਾਲ ਤਾਂ ਕੰਮ ਕਰਦੇ ਸੀ ਅਤੇ ਤਰੋ ਅੱਜ ਇੱਧਰ ਨਾ ਝਾੜੂ ਲਾਉਣ ਲੱਗੇ ਹੋਏ ਨੇ ਕੱਲ੍ਹ ਸਫਾਈ ਕੀਤੀ ਸੀ ਉਹ ਦੇਖ ਨਾ ਉਹ ਬੰਨੀਆਂ ਪਈਆਂ ਨੇਗੀਆਂ ਅਤੇ ਅੱਜ ਇਹ ਕਰਨ ਲੱਗੇ ਹੋਏ ਨੇ ਆਹ ਦੇਖੋ ਉਹ ਆ ਗਈ ਲੰਚ ਚ ਦੇਖੋ ਮੇਰੇ ਵੀਰੋ ਕੀ ਹੋ ਗਿਆ ਕੁਛ ਨੀ ਹੋਇਆ
ਲੰਚ 'ਚ ਦੇਖੋ ਕੀ ਆ ਪ੍ਰਧਾਨ, ਕੀ ਆ ਤੁਸੀਂ ਦਾਲ ਦੇ ਵਿੱਚ ਆਲੂ ਪਾਏ ਹੋਏ ਨੇ? ਠੀਕ ਆ ਜੀ, ਠੀਕ ਆ, ਫਿਰ ਰੋਟੀ ਖਾ ਕੇ ਫਿਰ ਮਿਲਦੇ ਆ ਤੁਹਾਨੂੰ ਐਨਐਸਐਸ ਦੇ ਸੈਕਿੰਡ ਡੇ ਦੇ ਵਿੱਚ। ਚੰਗਾ ਜੀ, ਮਾਰ ਲਿਓ ਗੇੜੇ ਗੁੜੇ ਲਾਉਣ, ਫਿਰ ਕਰਦੇ ਹਾਂ ਫਿਰ ਕੰਮ ਜੀ। ਠੀਕ ਆ ਵੀਨੇ, ਜੈ ਮਾਤਾ ਦੀ। ਹੈਗਾ ਜੀ ਸਾਡੇ ਡਿਪਾਰਟਮੈਂਟ ਵਾਲੀ ਸਾਈਡ ਪਾਰਕ ਜੀ ਬਣੀ ਹੋਈ ਆ ਛੋਟੀ। ਹੈ ਵੀ ਮਿੱਤਰੋ ਅੱਗੇ ਤੁਹਾਨੂੰ ਉਹ ਦੇਖੋ ਉਧਰ ਦਿਖਾਉਣਾ ਜਿਹੜਾ ਕੱਲ ਆਪਾਂ ਉਹ ਲਾਇਆ ਸੀਗਾ, ਖੜਾ ਨੀ ਕੀਤਾ, ਢੇਰੀਆਂ ਜਿੱਥੇ ਲਾਈਆਂ ਸੀਗਾ ਉਹ ਖੜਾ ਕੀਤਾ ਸੀ। ਉਹ ਉੱਥੇ ਉਹ ਦੇਖੋ ਐਨਐਸਐਸ ਵਰਟੀਕਲ ਲਿਖਿਆ ਗਿਆ ਹੈ ਮੇਰੇ ਵੀਰੋ, ਤੇ ਚੱਕਦੇ ਹਾਂ ਝਾੜੂ ਲਾਉਂਦੇ ਹਾਂ ਇੱਧਰ, ਦੇਖਦੇ ਮਾਹੌਲ ਕੀ ਚਾਲ ਬਣਦਾ ਹੈ। ਬਸ ਨਾਮ ਦੇ ਰਹਿਣ ਫਿਰ ਸੁਨਿਆਰਾ ਆਊਗਾ। ਇਹਨੂੰ ਕਿਉਂ ਗਿਆ ਓਏ, ਦੋ ਆ ਜਾਣਾ ਤਾਣੇ।
ਚੱਲ ਰਹੀਆਂ ਨੇ ਕੀ ਲਿਖਿਆ ਹੋਇਆ ਹੈਪੀ ਕ੍ਰਿਸਮਸ ਕ੍ਰਿਸਮਸ ਲੱਗਦਾ ਹੈਪੀ ਕ੍ਰਿਸਮਸ ਆ ਯਾਰ ਕਈ ਚੱਲਣਾ ਸੱਚੀ ਓ ਮਾਈ ਗਾਡ ਆ ਰਿਹਾ ਚੱਲੇ ਗਿਆ ਜੁਮਾਂਜੋ ਚੱਲਿਆ ਤੂੰ ਕੀ ਵਲੌਗ ਬਣਾ ਰਿਹਾ ਹਾਂਜੀ ਹਲੋ ਜੀ ਸਮੋਲ ਕਿਤਨੇ ਸ਼ੱਕਰ ਪ੍ਰਾਈਜ਼ ਸ਼ੱਕਰ ਪਾਈ ਸ਼ੱਕਰ ਪਾਈ 2 ਮਿੰਟ ਮੈਂ ਪਹਿਲਾਂ ਬੰਦ ਕਰਦਾ ਫਿਰ ਦੱਸਦਾ ਦੋਸਤੋ ਕਾਫੀ ਪੀਣ ਆਇਆ ਹੋਇਆ ਹੈ ਕਿੱਥੇ ਹੈਗਾ ਆ ਗਈ ਗੁੰਮ ਗਈ ਇੱਧਰ ਸੀਗਾ ਲੂਸੀਅਸ ਕੈਫੇ ਕੈਫੇ ਲੂਸੀਅਸ ਨਹੀਂ ਹੈਗਾ ਹੋਰ ਹੀ ਉਤਰੋਂ ਪਹਿਲਾਂ ਮੈਂ ਕਾਫੀ ਵੀ ਕਿਹਾ ਸੀ ਹੁਣ ਮੈਂ ਮੈਸ ਚੱਲਦੇ ਚਾਹ ਚੂ ਪੀਣ ਲਈ ਉੱਥੇ ਵੇਟ ਕਰ ਰਿਹਾ ਸਿੱਧੂ ਕੋਲ ਦੇਖਦੇ ਹਾਂ ਅੱਗੇ ਜਾ ਕੇ ਦੇਖੋ ਨਾ ਕੁਛ ਚਾਹ ਪੀਣ ਗਿਆ ਚਾਹ ਹੀ ਮੁੱਕ ਗਈ ਹੁਣ ਕਹਿੰਦੇ ਮੈਸ ਬੰਦ ਕਰਤੀ ਹੁਣ ਚਾਹ ਮਿਲੀ ਨਹੀਂ ਗਈ ਫਿਰ ਹੁਣ ਆਪਾਂ ਉੱਥੇ ਜਾਣਾ ਚੱਲ ਕੋਈ ਨਹੀਂ ਕਾਫੀ ਪੀਣੀ ਸੀਗੀ ਕੰਮ ਸੈੱਟ ਹੋਇਆ ਪਿਆ ਆ ਚਲੋ ਵੀ ਹੁਣ ਚੱਲਿਆ ਰੂਮ ਚਾਰਜ ਲਾਈਏ ਫੋਨ ਪਹੁੰਚ ਗਏ ਆਪਾਂ ਟਾਈਟਨ ਹਾਲ ਘੰਟਾ ਕੰਮ ਚਲੋ ਅੰਦਰ ਚੱਲਦੇ ਹਾਂ ਹਨੇਰਾ ਹੋ ਜਾਗਿਆ ਪੂਰਾ ਆਪਾਂ ਚੱਲੇ ਅੰਦਰ ਦੇਖੀ ਚਲੋ ਬਰੂ ਕਰਨ ਜੋ ਹਾਂ ਦੇਖੋ ਵੀ ਆਪਾਂ ਆਏ ਹੁਣ ਜਿਮ ਹਾਂਜੀ ਸਾਹਿਬ ਕੀ ਹਾਲ ਚਾਲ ਮੇਰ ਸਾਡੀ ਹੋਰ ਕਿਵੇਂ ਲੰਘਦੇ ਆ ਕੈਂਪ ਹੋਰ ਲਾਵਾਂ ਹੋਰ ਪੇਟ ਪਾਵਾਂ ਮੈਂ ਚੱਲਿਆ ਹੁਣ
ਅਰਸ਼ ਵਲੌਗਸ। ਜੇ ਬਲੌਗ ਵਧੀਆ ਲੱਗੀ ਤਾਂ ਭਾਜੀ ਇਹ ਮੈਂ ਦੇਖੀ, ਮੈਂ ਤਾਂ ਆਇਆ ਸੀਗਾ। ਇਹ ਪਤੰਦਰ ਉੱਤੇ ਫੜਿਆ ਬੈਠਦਾ ਦੇਖੀ। ਹਾਂ ਮੈਂ ਲਾਉਣ ਕਰਕੇ ਲਾਉਂਦਾ, ਮੈਨੂੰ ਤਾਂ ਪਤਾ ਸੀ, ਮੈਂ ਕਿਹਾ ਡਰਾਉਂਦਾ ਆਊ ਪੱਕਾ। ਮੈਂ ਦੇਖਿਆ, ਮੈਂ ਕਿਹਾ ਆਇਆ ਨਹੀਂ ਕੋਈ, ਮੈਂ ਕਿਹਾ ਫਿਰ ਮੈਂ ਉੱਧਰ ਉੱਧਰ ਲੱਭਣ, ਮੈਂ ਕੁੰਡਾ ਲਾ ਕੇ ਉੱਧਰ। ਮਿੱਤਰੋ ਹੁਣ ਆਪਾਂ ਚੱਲੇ ਚਾਹ ਪੀਣਾ, ਅਤੇ ਚਾਹ ਪੀ ਕੇ ਫਿਰ ਹੁਣ ਸੌਂਵਾਂਗੇ, ਅਤੇ ਅਗਲੇ ਦਿਨ ਫਿਰ ਕੰਟੀਨਿਊ ਕਰਾਂਗੇ ਬਲੌਗ, ਅਗਲਾ ਬਲੌਗ ਆਊਗਾ ਉਹ, ਅਤੇ ਦੇਖੀ ਜਿਹੜੇ ਉਹ ਕਰਨਾ ਇੰਜੋਏ। ਠੀਕ ਆ, ਮਿਲਦੇ ਆਪਾਂ ਅਗਲੇ ਪਾਰਟ ਦੇ ਵਿੱਚ। ਚੰਗਾ ਜੀ।